ਜਦੋਂ ਵੀ ਕੋਈ ਵੀ ਗਾਂ ਸੂਂਦੀ ਆ ਤੇ ਉਹਦਾ ਜਿਹੜਾ ਕਾਫ ਹੁੰਦਾ ਉਹਨੂੰ ਆਪਾਂ ਨੂੰ ਕਿੰਨੇ ਟਾਈਮ ਬਾਅਦ ਦੁੱਧ ਪਿਆਉਣਾ ਸ਼ੁਰੂ ਕਰ ਦੇਣਾ ਚਾਹੀਦਾ ਜੇਕਰ ਮੰਨ ਲਓ ਕਿ ਆਪਣੀ ਗਾਂ ਵਧੀਆ ਸੂਣ ਤੋਂ ਬਾਅਦ ਹੈਲਦੀ ਆ ਤੇ ਆਪਣਾ ਜਿਹੜਾ ਕਾਫ ਆ ਉਹ ਵੀ ਵਧੀਆ ਤਾਂ ਆਪਾਂ ਨੂੰ ਤਕਰੀਬਨ 2 ਤੋਂ 3 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਕਾਫ ਆ ਉਹਨੂੰ ਇੱਕ ਵਾਰੀ ਦੁੱਧ ਜ਼ਰੂਰ ਚੰਗਾ ਦੇਣਾ ਚਾਹੀਦਾ ਇਹਦੇ ਨਾਲ ਕੀ ਹੁੰਦਾ ਕਿ ਜਿਹੜੀ ਇਮਿਊਨਿਟੀ ਕਾਫ ਨੂੰ ਗਾਂ ਦੇ ਕਲਸਟਰਮ ਦੇ ਵਿੱਚੋਂ ਮਿਲਦੀ ਆ ਉਹ ਜਦੋਂ ਉਹ ਧਰਤੀ ਦੇ ਉੱਪਰ ਆਉਂਦਾ ਤਾਂ ਇਹਦੇ ਸਰਵਾਈਵ ਕਰਨ ਦੇ ਲਈ ਬਹੁਤ ਜ਼ਰੂਰੀ ਹੁੰਦੀ ਆ ਤਾਂ ਕਰਕੇ ਆਪਾਂ ਨੂੰ 2 ਤੋਂ 3 ਘੰਟਿਆਂ ਦੇ ਵਿੱਚ ਵਿੱਚ ਉਹ ਕਲਸਟਰਮ ਪਹਿਲੀ ਵਾਰੀ ਝੰਗਾ ਦੇਣਾ ਚਾਹੀਦਾ ਤੇ ਉਸ ਤੋਂ ਬਾਅਦ ਤਕਰੀਬਨ ਹਰ 6 ਤੋਂ 8 ਘੰਟਿਆਂ ਬਾਅਦ ਪਹਿਲੇ 2 ਦਿਨ ਜੇਕਰ ਆਪਾਂ ਉਹਨੂੰ ਕਲਸਟਰਮ ਝੰਗਾਉਨੇ ਆ ਤਾਂ ਇਹਦੇ ਨਾਲ ਕਾਫੀ ਓਵਰਾਲ ਗਰੋਥ ਤੇ ਕਾਫੀ ਅਸਰ ਪੈਂਦਾ ਉਹਦੀ ਜਿਹੜੀ ਗਰੋਥ ਆ ਉਹ ਕਾਫੀ ਵਧੀਆ ਹੁੰਦੀ ਆ ਤੇ ਇਸ ਤਰੀਕੇ ਦੀਆਂ ਆਸਟ੍ਰੇਲੀਆ ਦੇ ਡੇਰੀ ਫਾਰਮਰਾਂ ਸੰਬੰਧ ਦਾ ਤਾਂ ਹੋਰ ਵੀਡੀਓ ਦੇਖਣ ਦੇ ਲਈ ਫੋਲੋ ਜ਼ਰੂਰ ਕਰ ਲਿਓ